ਕਾਬਲ ਸਿੰਘ ਜੀ ਮੇਰਾ ਨਾਮ ਹਾਂਜੀ ਕੀ ਟਮਾਟਰ ਤੁਸੀਂ ਸੁੱਟ ਕੇ ਵੇਚੀ ਟਮਾਟਰ ਭਾਜੀ ਵਿਕਣ ਨਹੀਂ ਡਿਆ ਪੁੱਛਣ ਹੀ ਨਹੀਂ ਡਿਆ ਕੋਈ ਤੇ ਬਹੁਤ ਬੁਰਾ ਹਾਲ ਹੋ ਡਿਆ ਜੀ 10-10 ਰੁਪਏ ਦਾ ਕ੍ਰੇਡ ਵੇਚਣ ਡੇ ਆ ਉਹ ਵੀ ਨਹੀਂ ਵਿਕਣ ਡਿਆ ਬਾਹਰ ਸੁੱਟਣੇ ਪੈਣ ਡੇ ਸਾਨੂੰ ਸੜਕਾਂ 'ਤੇ ਸੁੱਟਣੇ ਪੈਣ ਡੇ ਜੀ ਕੱਲ੍ਹ ਵੀ ਢੇਰੀ ਲਾ ਕੇ ਗਏ ਉੱਥੇ ਮੰਡੀ ਬਾਹਰਲੇ ਬਾਹਰ ਅੱਜ ਲੈ ਗਏ ਟਰਾਲੀ ਉਸੇ ਤਰ੍ਹਾਂ ਖਲੋਤੀਆਂ ਵੇਖ ਲਓ 10-10 ਟਰਾਲੀਆਂ ਖਲੋਤੀਆਂ ਉਸੇ ਤਰ੍ਹਾਂ ਕੋਈ ਹਾਲ ਨਹੀਂ ਆ ਕੀ ਮੁਸ਼ਕਲਾਂ ਕੀ ਆ ਰਹੀਆਂ ਜੀ ਮੁਸ਼ਕਲਾਂ ਵੇਖ ਲਓ ਤੁਸੀਂ ਤੁਹਾਡੇ ਸਾਹਮਣੇ ਸਰਕਾਰ ਜੋ ਕੁਛ ਵੀ ਨਹੀਂ ਕਰਨ ਡਈ ਜ਼ਿਮੀਂਦਾਰਾਂ ਬੁਰਾ ਹਾਲ ਹੋਣ ਡਿਆ ਲੋਕੀ ਆਤਮ ਹੱਤਿਆ ਕਰਨ ਡੇ ਆ ਕਿਤੇ ਪੈਸੇ ਨਹੀਂ ਪੂਰੇ ਹੁੰਦੇ ਖਰਚੇ ਲੱਗਦੇ ਬਹੁਤ ਬਹੁਤ ਜ਼ਿਆਦਾ ਦਵਾਈਆਂ ਮਹਿੰਗੀਆਂ ਹਰ ਇੱਕ ਚੀਜ਼ ਮਹਿੰਗਾ ਕਿੰਨੀ ਨਾ ਘੱਟ ਰੇਟ ਪੈਂਦਾ ਜੀ ਤੁਸੀਂ 10 ਰੁਪਏ ਦਾ ਵੇਚਣ ਦਾ ਕਰ ਭਾਜੀ 10 20 ਰੁਪਏ 25 ਰੁਪਏ ਤੇ ਖਰਚਾ ਚੜਦਾ ਇਹਦੇ ਤੜਾਈ ਦਾ ਜੀ ਤੇਲ ਖਰਚਾ ਨਹੀਂ ਮਾਉਂਦਾ ਤੇਲ ਦਾ ਵੇਚਣ ਦਾ ਕੀ ਕਾਰਨ ਹੈ 10 ਰੁਪਏ ਆਖਣਾ ਚਲੋ ਤੇਲ ਤੂਲ ਹੀ ਪੂਰਾ ਹੋ ਜਾਊਗਾ ਜਿਹੜਾ ਉਹ ਲੈ ਕੇ ਆਏ ਆ ਸੁੱਟਣ ਨਾਲੋਂ ਤੇ ਚਲੋ ਆਖਿਆ ਜੇ ਪਰ ਉਹ ਵੀ ਨਹੀਂ ਵਿਕ ਰਹੇ ਹੁਣ ਸੁੱਟ ਕੇ ਜਾਣੇ ਪੈਣੇ ਬਾਹਰ ਛੜਕ ਤੇ ਜੀ ਮੇਰਾ ਨਾਮ ਹਰਪਿੰਦ ਸਿੰਘ ਜੀ ਜੇ ਟਮਾਟਰ ਦਾ ਕੀ ਮੁਸ਼ਕਲ ਆ ਰਹੀ ਹੈ ਤੇ ਟਮਾਟਰ ਨਹੀਂ ਚੁੱਕਦਾ ਹੀ ਕੋਈ ਨਹੀਂ ਕੱਲ 30 ਰੁਪਏ ਵੇਚ ਕੇ ਗਏ ਇੱਥੇ ਅੱਜ ਕੀ ਮੁਸ਼ਕਲ ਆ ਰਹੀ ਹੈ ਤੇ ਅੱਜ ਵੀ ਮੁਸ਼ਕਲਾਂ ਉਹ ਹੀ ਆ ਕੋਈ ਰੇਟ ਹੀ ਕੋਈ ਨਹੀਂ ਇੱਥੇ ਮਾਲ ਵਿਕਦਾ ਹੀ ਕੋਈ ਨਹੀਂ ਗਾ ਅੜਤੀਆਂ ਕੋਈ ਮੂੰਹ ਨਹੀਂ ਕਰਦਾ ਕਾਰਨ ਕੀ ਹੈ ਜੀ ਕਾਰਨ ਕਾਹਦਾ ਕੋਈ ਕਿਸੇ ਬੰਨੇ ਕੱਢਣ ਗਵਰਨਮੈਂਟ ਦੀਆਂ ਨੀਤੀਆਂ ਮਾਰੀਆਂ ਕਿਸੇ ਨੂੰ ਕੱਢਣਾ ਇੱਥੇ ਆ ਸਾਡੇ ਲਾ ਕੇ ਗਵਾਂਢੀ ਪਾਕਿਸਤਾਨ ਹੈ ਜਿੱਥੇ ਅਸੀਂ ਟਰਾਲੀਆਂ ਖੜ ਸਕਦੇ ਹਾਂ ਇੱਧਰ ਨੂੰ ਕੱਢ ਦੇਣ ਇੱਥੋਂ ਅਫਗਾਨਿਸਤਾਨ ਨੂੰ ਕੱਢ ਦੇਣ ਆਪ ਸਭ ਤੋਂ ਨੇੜਾ ਤੇ ਆ ਸਾਨੂੰ ਸਾਡਾ ਪੰਜਾਬੀ ਸੂਬਾ ਹੀ ਆ ਪੰਜਾਬ ਦਾ ਸੂਬਾ ਹੀ ਆ ਜਿਹੜਾ ਲੈਂਦਾ ਤੇ ਅਗਲੇ ਬੰਨੇ ਦੇ ਨਾਲ ਹੀ ਲੱਗ ਜਾਂਦਾ ਅਫਗਾਨਿਸਤਾਨ ਲੱਗ ਜਾਂਦਾ ਹਾਂ ਇਹ ਟਮਾਟਰ ਦਾ ਇੰਨਾ ਰੇਟ ਡਾਊਨ ਹੋਣ ਦਾ ਕਾਰਨ ਕੀ ਹੈ ਜੀ ਇਹੋ ਹੀ ਕਾਰਨ ਹੈ ਵੀ ਇਹ ਬਾਹਰ ਨਹੀਂ ਕੱਢਦੇ ਸਰਕਾਰ ਬਾਹਰ ਕੱਢੇ ਸਰਕਾਰ ਦੀਆਂ ਨੀਤੀਆਂ ਮਾੜੀਆਂ ਬਾਹਰ ਨਹੀਂ ਕੱਢਦੀ ਜ਼ਿਮੀਂਦਾਰਾਂ ਨੂੰ ਮਾਰਨ ਲਈ ਆ ਸਰ ਅਸੀਂ ਰਵਿੰਦਰ ਸਿੰਘ ਸੇਖੋਂ ਪ੍ਰਧਾਨ ਜੋ ਇਸ ਵੇਲੇ ਟਮਾਟਰ ਦੀ ਪੋਜੀਸ਼ਨ ਹੈ ਉਹ 50 ਰੁਪਏ ਕਾਸਟ ਇਹਨਾਂ ਨੂੰ ਘਰ ਪੈਂਦੀ ਹੈ ਔਰ ਜਿਹਦੇ ਵਿੱਚ ਟਮਾਟਰਾਂ ਦਾ ਬੀਜ ਲੱਗਦਾ ਉਹਨੂੰ ਉਹਦੀ ਕਿਨਾਰਾ ਮਿਹਨਤ ਲੱਗਦੀ ਸਪਰੇ ਲੱਗਦੀ ਹੈ ਤੜਾਈ ਹੈ ਉਹਨੂੰ ਇੱਥੇ ਲਿਆਉਣ ਦਾ ਖਰਚਾ ਔਰ ਇਹ ਬਾਹਰ ਤਾਂ ਨਹੀਂ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜਾ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕਰੇਟਾਂ ਦੇ ਰੇਟਾਂ 'ਚ ਵਾਧਾ ਉਹ ਜਿਹੜੇ ਬਾਹਰ ਜਾ ਕੇ ਦੂਸਰੇ ਰਾਜਿਆਂ ਦੀਆਂ ਜਿਹੜੀਆਂ ਫਸਲਾਂ ਹੈ ਉਹਦੇ ਨਾਲ ਮੁਕਾਬਲਾ ਨਹੀਂ ਕਰ ਪਾਉਂਦਾ ਕਿਉਂਕਿ ਜਿਹੜੀ ਕਿਸਾਨਾਂ ਨੂੰ ਕਮਾਈ ਮਿਲਣੀ ਚਾਹੀਦੀ ਸੀ ਉਹ ਸਾਰੀ ਸਰਕਾਰ ਨੂੰ ਤੇਲ ਦੇ ਰੂਪ ਵਿੱਚ ਚੱਲ ਜਾਂਦੀ ਹੈ ਟਰਾਂਸਪੋਰਟੇਸ਼ਨ ਜਿਹੜੀ ਹੈ ਬਹੁਤ ਮਹਿੰਗੀ ਹੈ ਔਰ ਇਸ ਕਾਰਨ ਇਹ ਬਾਹਰ ਨਹੀਂ ਜਾ ਸਕਦੀ ਦੂਸਰੀ ਗੱਲ ਜਿਹੜਾ ਪਾਕਿਸਤਾਨ ਨੂੰ ਮਾਲ ਜਾਂਦਾ ਰਿਹਾ ਹਰ ਵਾਰੀ ਉਹ ਇਸ ਵੇਲੇ ਨਹੀਂ ਜਾ ਰਿਹਾ ਉਹ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਵਾ ਉਹ ਗਲਤ ਹੈ ਕਿਉਂਕਿ ਜਿਸ ਤਰ੍ਹਾਂ ਚਾਈਨਾ ਵਾ ਚਾਈਨਾ ਆਪਣੀ ਪ੍ਰੋਡਕਸ਼ਨ ਨੂੰ ਦੂਸਰੇ ਮੁਲਕਾਂ 'ਚ ਵੇਚਣ ਲਈ ਬਾਹਰ ਦੇ ਦੂਸਰੇ ਮੁਲਕਾਂ ਨਾਲ ਸਮਝੌਤੇ ਕਰਦਾ ਉਸ ਤਰ੍ਹਾਂ ਸਾਡੇ ਮੁਲਕ ਦੇ ਜਿਹੜੇ ਅਧਿਕਾਰੀ ਹੈ ਜਾਂ ਨੇਤਾ ਵਾ ਉਹਨਾਂ ਨੂੰ ਵੀ ਚਾਹੀਦਾ ਬਾਹਰ ਦੇ ਮੁਲਕਾਂ 'ਚ ਜਾ ਕੇ ਸਾਡੇ ਦੇਸ਼ ਦੀਆਂ ਜਿਹੜੀਆਂ ਫਸਲਾਂ ਵਾ ਉਹਨਾਂ ਦੀ ਮੰਗ ਉੱਥੇ ਪੈਦਾ ਕਰਨ ਅਤੇ ਇੱਥੋਂ ਦਾ ਮਾਲ ਜਿਹੜਾ ਉੱਥੇ ਜਾਵੇ ਤਾਂ ਕਿ ਕਿਸਾਨਾਂ ਨੂੰ ਆਪਣੇ ਜਿਹੜੇ ਉਤਪਾਦਨ ਹੈ ਉਹਦਾ ਮੁੱਲ ਮਿਲ ਸਕੇ ਮੈਂ ਰਵਿੰਦਰ ਸਿੰਘ ਸੇਖੋਂ ਸਬਜ਼ੀ ਮੰਡੀ ਵੱਲਾ ਪ੍ਰਧਾਨ ਸਾਡੀ ਬੇਨਤੀ ਆ ਸਰਕਾਰ ਕਰੀ ਵੀ ਜਿਸ ਤਰ੍ਹਾਂ ਅੱਗੇ ਟਮਾਟਰ ਨੂੰ ਚੁੱਕਦੀ ਰਹੀ ਆ ਸਟਾਰਟਿੰਗ 'ਤੇ ਹੀ ਪਾਕਿਸਤਾਨ ਨੂੰ ਜਾਂਦਾ ਰਿਹਾ ਉਹਦੇ ਨਾਲ ਰੇਟ ਵੀ ਬਣਿਆ ਰਿਹਾ ਜ਼ਿਮੀਂਦਾਰ ਨੂੰ ਪੈਸੇ ਵੱਜਦੇ ਰਹੇ ਇਹਨਾਂ ਦੀ ਰਾਜ ਪੰਜਾਬ ਸਰਕਾਰ ਜਿਹੜੀ ਆ ਇਹਨੇ ਰਾਜਨੀਤੀਆਂ ਮਾੜੀਆਂ ਵੀ ਇਹਨਾਂ ਇਹ ਕੰਮ ਇੱਥੇ ਖੋਲਿਆ ਹੀ ਕੋਈ ਨਹੀਂ ਜਿਹੜਾ ਕਿ ਇੱਥੇ ਆਪਾਂ ਨੂੰ 5000 ਕਿਰਾਇਆ ਪੈਣਾ ਇੱਧਰ ਬਾਘਾਵਾਟਰ ਦਾ ਅਤੇ ਜਿਹੜਾ ਸ਼੍ਰੀਨਗਰ ਸਾਣੀ ਘੱਲਣ ਡਿਆ ਜਿਹੜਾ ਸਾਨੂੰ ਪੈਣੀ 36000 ਕੇ 40000 ਪੈਣਾ ਹੁਣ 36000-40000 ਕਿਰਾਇਆ ਟਮਾਟਰ ਦੇ 4000 ਦਾ ਟਮਾਟਰ 36000 ਕਿਰਾਇਆ ਉਹਨੂੰ ਕੋਈ ਡਿਊਟੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕਿਸੇ ਤਰ੍ਹਾਂ ਕੋਈ ਕਿਸਾਨ ਦੀ ਕੋਈ ਨਹੀਂ ਸੁਣ ਡਿਆ ਮੁੜ ਕਹਿੰਦੇ ਕਿਸਾਨ ਆਤਮ ਹੱਤਿਆ ਕਰਦਾ ਕਿਸਾਨ ਆਤਮ ਹੱਤਿਆ ਨਹੀਂ ਕਰੇਗਾ ਤਾਂ ਕੀ ਕਰੇਗਾ ਜਦ ਉਹਨੂੰ ਇਹਨੂੰ ਮਿਲਦਾ ਫਿਰ ਕੰਮ ਸਾਹਮਣੇ 100-150 ਰੁਪਏ ਰੇਟ ਵਿਕਣਾ ਚਾਹੀਦਾ ਫਿਰ ਕੁਛ ਕਿਸਾਨ ਨੂੰ ਬਚਦਾ 10-15 ਬਹੁਤ ਮੁਸ਼ਕਲਾਂ ਮੈਂ ਚੁੱਕ ਨਹੀਂ ਰਿਹਾ ਕੱਲ੍ਹ ਮੈਂ ਕਿਹਾ 50-60 ਟਰਾਲੀਆਂ ਜ਼ਿਮੀਂਦਾਰ ਵਾਪਸ ਲੈ ਗਏ ਵਾਪਸ ਨਹੀਂ ਲੈ ਗਏ ਪਲਟ ਗਏ ਨੇ ਪਲਟ ਗਏ ਇੱਥੇ ਹੀ ਸੁੱਟ ਗਏ ਮੰਡੀ ਜੀ ਉਹ ਮੰਡੀ ਸੁੱਟ ਗਏ ਨੇ ਵੱਲੇ ਮੜੀਆਂ ਲੱਗੇ ਸੁੱਟ ਗਏ ਨੇ ਉਹ ਕਿੱਥੇ ਖੜਨਗੇ ਘਰ ਖੜਨਗੇ ਤੇ ਘਰ ਬੋਮਰ ਵੀ ਨਿਆਣੇ ਬਿਮਾਰ ਹੋਣਗੇ ਅੱਜ ਵੀ ਅਸੀਂ ਵੇਖਿਆ ਜੀ ਮੰਡੀ ਦੇ ਵਿੱਚ ਕੋਈ ਟਮਾਟਰ ਸੁੱਟਦੇ ਪਏ ਆ ਹਾਂਜੀ ਇਹ ਰੋਜ਼ ਸੁੱਟਦੇ ਆ ਜੀ ਕੀ ਕਰੇਗਾ ਜ਼ਿਮੀਂਦਾਰ ਕਰੇਗਾ ਕੀ ਜ਼ਿਮੀਂਦਾਰ ਤਾਂ ਦਿਨ ਬ ਦਿਨ ਥੱਲੇ ਲੱਗਦਾ ਜਾ ਰਿਹਾ ਕੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਅਸੀਂ ਪੰਜਾਬ ਸਰਕਾਰ ਨੂੰ ਕਰਨਾ ਕੈਪਟਨ ਸਾਹਿਬ ਅੱਗੇ ਕਰਨਾ ਚਾਹੁੰਦੇ ਹਾਂ ਜੇ ਨਹੀਂ ਕੈਪਟਨ ਸਾਹਿਬ ਮੰਨਦੇ ਤਾਂ ਅਸੀਂ ਲੂਸਾ ਨੂੰ ਕਹਿਣਾ ਚਾਹੁੰਦੇ ਲੂਸਾ ਕਰਕੇ ਮੰਨਣ ਉਹਦੇ ਚਿੱਠੀ ਪਾ ਕੋਈ ਨਹੀਂ ਸੋਚ ਰਿਹਾ ਜੀ ਇਹ ਗੱਲਾਂ ਨੇ ਆ ਗੱਲਾਂ ਜੀ ਵਾਅਦੇ ਆ ਉਸ ਵੇਲੇ ਇਹਨਾਂ ਕਸਮਾਂ ਖਾਧੀਆਂ ਗੁਟਕਿਆਂ ਦੇ ਹੱਥ ਰੱਖੇ ਕਿਸੇ ਨੇ ਕਿਸਾਨ ਨੂੰ ਨਹੀਂ ਪੁੱਛਿਆ ਇਹਨਾਂ ਵਿਸ਼ਵਾਸ ਲਿਆ ਵੀ ਸਾਨੂੰ ਵੋਟਾਂ ਪਾਓ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਵੋਟਾਂ ਪਾਈਆਂ ਨਾਲ ਬਿੱਲ ਆ ਤੇ ਬੂਮੀਆਂ ਨੇ ਜਿਹੜੀਆਂ ਦਾਲ ਆਟਾ ਸਕੀਮਾਂ ਸਾਰੀਆਂ ਮਾੜਿਆਂ ਦੀ ਬੰਦ ਕਰਤੀਆਂ ਸਗਨ ਸਕੀਮਾਂ ਬੰਦ ਕਰਤੀਆਂ ਇੰਨਾ ਕੀ ਦੇਣਾ ਇਹਨਾਂ ਗਰੀਬਾਂ ਨੂੰ ਡੀਜ਼ਲ ਕਿੰਨਾ ਵਧਾਤਾ ਡੀਜ਼ਲ ਵਧਾ ਡੀਜ਼ਲ ਤੋਂ GST ਲਾ ਦੇਣ ਤਾਂ ਡੀਜ਼ਲ 25-30 ਰੁਪਏ ਸਸਤਾ ਹੋ ਜਾਵੇ ਕਿਸਾਨ ਨੂੰ ਕੋਈ ਫਾਇਦਾ ਤਾਂ ਹੋਵੇ